कितने का? 50 रुपए। पहले ऐसा मकरूज ऐसे अल्लाह तो बंदा बंदे ते पैसे ले बने ना, तो वो ऐसा कुछ दसे ना नहीं आई। ਇਹ ਨਾਲ ਨਾਲ ਸਿੱਧੂ ਸੱਚਨਣ ਪੀਰ ਦਰਬਾਰ 'ਤੇ ਆਸੋ ਤੁਹਾਨੂੰ ਮਖਾਣੇ ਵੀ ਮਿਲ ਸਨ, ਜਲੇਬੀਆਂ ਵੀ ਮਿਲ ਸਨ, ਛੱਲਿਆਂ ਵੀ ਮਿਲ ਸਨ, ਹਰ ਸ਼ਾਇਦ ਤਾਂ ਦੁਨੀਆ ਦੀ ਚੋਲਿਸਤਾਨ ਦੇ ਇਲਾਕੇ ਦੇ ਮੌਜੂਦ ਹੋਸੇ। ਇਹ ਬੱਚਾ ਮਖਾਣੇ ਖਾ ਖਾ ਅਤੇ ਚਿੱਟਾ ਦੀ ਨਾਵੇਂ ਦੇ, ਪਹਿਲੇ ਬਿਲਕੁਲ ਕਾਲਾ ਰੀ ਪਾੜਾ, ਚਿੱਟੇ ਮਖਾਣੇ ਖਾਧੇ ਅਤੇ ਚਿੱਟਾ ਦੀ ਨਾਵੇਂ ਸੇ। ਸਹੀ ਦੇ ਨਾਲ ਨਾਲ ਸੀ ਮੈਂ ਤੁਹਾਨੂੰ ਦਿਖਾਵਾਂ ਇਹ ਚੰਨਣ ਪੀਰ ਦੇ ਜਿਹੜੇ ਦਰਬਾਰ ਹੈ ਦੇ ਉੱਤੇ ਮਜ਼ਾਰ ਹੈ ਮੁਲਹਿਕਾ, ਉਹਦੇ ਵਾਸਤੇ ਲੋਕ ਆਉਂਦੇ ਨੇ ਆਪਣੀ ਖਰੀਦੋ ਫਰੋਖਤ ਕਰਨ ਵਾਸਤੇ, ਬਾਲਾਂ ਦੇ ਖਿਡੌਣੇ ਵਗੈਰਾ। ਇੱਥਾਂ ਹਰ ਚੀਜ਼ ਅਵੇਲੇਬਲ ਹੁੰਦੀ, ਦਸਤਿਆਬ ਹੁੰਦੀ ਹੈ, ਜਿਵੇਂ ਹੀ ਕਿਉਂਕਿ ਵੀ ਆ ਇਲਾਕੇ ਦੇ ਵਿੱਚ ਜਿਵੇਂ ਬਾਜ਼ਾਰਾਂ ਹੋਈਆਂ ਨੇ, ਇੱਥੇ ਚੰਨਣ ਪੀਰ ਦੇ ਵਿੱਚ ਵੀ ਉਵੇਂ ਦੇ ਉਵੇਂ ਸੇਮ ਬਾਜ਼ਾਰਾਂ ਹਨ। ਇੱਥੇ ਖਿਡੌਣੇ ਵਗੈਰਾ ਹਰ ਚੀਜ਼ ਮਿਲ ਪੈਂਦੀ ਹੈ। ਇਹ ਤੋਂ ਸਾਡੇ ਦੇ ਪਿਓ ਸੋ ਲੋਕ ਖਰੀਦੋ ਫਰੋਖਤ ਵੀ ਕਰਦੇ ਪੈਣ, ਅਤੇ ਬੱਚੇ ਆਪਣੇ ਪਸੰਦ ਦੀਆਂ ਚੀਜ਼ਾਂ ਗਿਣਦੇ ਪੈਣ ਸਾਡੇ ਦੇ ਪਿਓ ਸੋ। ਅਤੇ ਇਹਦੇ ਨਾਲ ਨਾਲ ਇੱਥਾਂ ਮਤਲਬ ਤੁਸੀਂ ਸਮਝੋ ਵੀ ਚੋਲਿਸਤਾਨ ਦੇ ਇਲਾਕੇ ਦੀ ਦਰਬਾਰ ਹੈ, ਅਤੇ ਇੱਥਾਂ ਕੋਈ ਚੀਜ਼ ਨਹੀਂ ਮਿਲਦੀ, ਇਹ ਤਾਂ ਹਰ ਚੀਜ਼ ਦਸਤਿਆਬ ਹੁੰਦੀ ਹੈ, ਅਵੇਲੇਬਲ ਹੁੰਦੀ ਹੈ। ਅਤੇ ਇੱਥਾਂ ਚੂੜੀਆਂ ਜਿਹੜੇ ਹਨ ਉਹ ਵੀ ਚੰਨਣ ਪੀਰ ਦੇ ਦਰਬਾਰ ਦੇ ਉੱਤੇ ਮਸ਼ਹੂਰ ਹਨ। ਛੱਲੇ ਮੁੰਦਰਿਆਂ ਵਗੈਰਾ ਹਰ ਚੀਜ਼ ਇੱਥਾਂ ਮਿਲ ਪੈਂਦੀ ਹੈ। ਲੋਕ ਇੱਥਾਂ ਆਪਣੇ ਲਾਕਟ, ਆਪਣੇ ਸਜਣਾ ਵਾਸਤੇ, ਆਪਣੇ ਵਿਆਹਾਂ ਵਾਸਤੇ, ਆਪਣੇ ਸਾਰਿਆਂ ਵਾਸਤੇ ਗਹਿਣੇ ਵੇਨ, ਅਤੇ ਨਾਲ ਆਪਣੇ ਬੱਚਿਆਂ ਵਾਸਤੇ ਖਿਡੌਣੇ ਵਗੈਰਾ ਵੀ ਗਹਿਣੇ ਵੇਨ, ਛੋਟੇ ਛੋਟੇ ਬਾਲਾਂ ਵਾਸਤੇ। ਇਹ ਤਮਾਮ ਚੀਜ਼ਾਂ ਇੱਥਾਂ ਦਸਤਿਆਬ ਹੋਈਆਂ ਤੁਸੀਂ ਦੇਖ ਸਕਦੇ ਹੋ। ਅਤੇ ਇੱਥਾਂ ਬਾਜ਼ਾਰ ਦੇ ਵਿੱਚ 12 ਮਹੀਨੇ ਸਾਲ ਦੇ ਵਿੱਚ 12 ਮਹੀਨੇ 24 ਘੰਟੇ ਇੱਥਾਂ ਇਹ ਬਾਜ਼ਾਰ ਖੁੱਲ੍ਹਾ ਹੁੰਦੇ, ਅਤੇ ਇੱਥਾਂ ਹਰ ਚੀਜ਼ ਜਿਹੜੀ ਹੈ ਦਸਤਿਆਬ ਹੁੰਦੀ ਹੈ। ਇਹ ਨਾਲ ਦੇ ਨਾਲ ਤੁਸੀਂ ਸੜੇ ਦੇ ਪਿਓ ਸੋ, ਅਤੇ ਇਹ ਚੰਨਣ ਪੀਰ ਸਿੰਘ ਦੇ ਦਰਬਾਰ ਹਨ ਸਹੀ। ਹਰ ਚੀਜ਼ ਅਤੇ ਇੱਥੇ ਲੜਾਈਆਂ ਵੀ ਬੜੀਆਂ ਥੀਆਂ ਚੰਨਣ ਪੀਰ ਸਿੰਘ ਦੇ ਦਰਬਾਰ 'ਤੇ, ਇੱਥੋਂ ਦੇ ਲੋਕਾਂ ਦੇ ਕੋਲ ਗੁੱਸਾ ਬੜਾ ਹੈ। ਇੱਥੇ ਕੀਮਤੀ ਜ਼ੇਵਰਾਤ ਦੁਕਾਨ ਹੈ, ਇਹ ਬਰੈਸਲੇਟ ਵਗੈਰਾ ਤੁਸੀਂ ਸਾਰੇ ਦੇ ਪਿਓ ਸੋ। ਚੂੜੀਆਂ ਚੰਨਣ ਪੀਰ ਦਰਬਾਰ ਦੀਆਂ ਬੜੀਆਂ ਮਸ਼ਹੂਰ ਹਨ। ਅਤੇ ਅਬਾਸ ਸਾਰਾ ਜਿਹੜਾ ਮਹਿਮਾਨ ਹੈ ਉਹ ਆਦੇ ਵੀ ਕੋਈ ਗਿਫਟ ਵਗੈਰਾ, ਕੋਈ ਤੋਹਫਾ ਵਗੈਰਾ ਵੀ ਇੱਥੋਂ ਦਾ ਖਰੀਦ ਕਰ ਗਿਨੋ, ਕਿਉਂਕਿ ਅਸਾਂ ਮਕਾਮੀ ਹੈ ਸੇ, ਅਸਾਂ ਤਾਂ ਮਕਾਮੀ ਤੌਰ 'ਤੇ ਫੇਰ ਸਰ। ਇਹ ਤੋਂ ਸਾਡੇ ਦੇ ਪਿਓ ਸੋ ਵਸੀਮ ਸਾਵਲ ਜਿਊਲਰੀ ਐਂਡ ਖਿਲੋਨਾ, ਵਸੀਮ ਸਾਵਲ ਇਹ ਬੈਠੇ ਸੀ ਅਸੀਂ, ਇਹ ਤੁਸੀਂ ਦੇਖ ਸਕਦੇ ਵਿੱਚ ਚੰਨਣ ਪੀਰ ਸਿੰਘ ਦੇ ਦਰਬਾਰ ਦੇ ਉੱਤੇ। ਇਹਦੇ ਨਾਲ ਵੀ ਤੁਹਾਡੇ ਮੇਲੇ ਦੇ ਉੱਤੇ ਆਸੋ ਤੋਂ ਮੁਲਾਕਾਤ ਸੀ ਸੇ। ਅਤੇ ਇੱਥੋਂ ਦੇ ਜਿਹੜੇ ਮਿੱਟੀ ਦੇ ਬਰਤਨ ਨੇ ਉਹ ਬੜੇ ਮਸ਼ਹੂਰ ਹਨ, ਲੋਕ ਇੱਥੋਂ ਗਹਿਣੇ ਵੇਨਣ ਚੋਲਿਸਤਾਨ ਦੇ ਇਲਾਕੇ ਦੇ ਵਿੱਚੋਂ। ਅਗਰ ਹੁਣ ਅਸਾਂ ਚੰਨਣ ਪੀਰ ਦੇ ਦਰਬਾਰ ਤੋਂ ਰਵਾਨਾ ਥੀਂਦੇ ਪੈਸੇ, ਅਗਰ ਤੁਹਾਨੂੰ ਚੰਨਣ ਪੀਰ ਦੇ ਦਰਬਾਰ ਦੇ ਬਾਰੇ ਇਹ ਤੋਂ ਇਲਾਵਾ ਕੋਈ ਮਾਲੂਮਾਤ ਚਾਹੀਦੀ ਹੋਵੇ ਤਾਂ ਤੁਸੀਂ ਸਾਰੇ ਨਾਲ ਕਮੈਂਟ ਕਰ ਸਕਦੇ ਵੇ। ਚੱਲ ਅੱਛਾ ਸਹੀ, ਇਹਦੇ ਨਾਲ ਹੀ ਅਸਾਂ ਅੱਜ ਦੀ ਸਾਡੀ ਵੀਡੀਓ ਦਾ ਅਖਤਤਾਮ ਥੀਂਦੇ। ਤੁਸੀਂ ਕਮੈਂਟ ਬਾਕਸ ਵਿੱਚ ਦੱਸੋ ਅਗਰ ਤੁਹਾਨੂੰ ਚੰਨਣ ਪੀਰ ਦੇ ਦਰਬਾਰ ਦੇ ਬਾਰੇ ਅਗਰ ਕੋਈ ਮਾਲੂਮਾਤ ਚਾਹੀਦੀ ਹੋਵੇ ਜਾਂ ਕੋਈ ਰਹਿਨੁਮਾਈ ਚਾਹੀਦੀ ਹੋਵੇ, ਤਾਂ ਅਸਾਂ ਮਕਾਮੀ ਤੌਰ 'ਤੇ ਤੁਹਾਡੀ ਇਮਦਾਦ ਕਰਨ ਵਾਸਤੇ, ਹੈਲਪ ਕਰਨ ਵਾਸਤੇ ਤਿਆਰ ਸੀ, ਕਿਉਂਕਿ ਅਸਾਂ ਮਕਾਮੀ ਤੌਰ 'ਤੇ ਚੰਨਣ ਪੀਰ ਦਰਬਾਰ 'ਤੇ ਬਾਹਰ ਹਾਂ ਸਾਰਾ ਆਉਣ ਦਿੰਦੇ। ਅਗਰ ਤੁਸੀਂ ਆਸੋ ਮੈਂ ਆਪਣਾ ਟੈਲੀਫੋਨ ਨੰਬਰ ਤੁਹਾਨੂੰ ਦੇ ਦੇਸਾਂ, ਉਹ ਵੀ ਤੁਸੀਂ ਸਾਡੇ ਨਾਲ ਰਾਬਤਾ ਵੀ ਕਰ ਸਕਦੇ ਵੀ, ਅਸਾਂ ਤੁਹਾਡੀ ਖਿਦਮਤ ਵੀ ਕਰੇ ਸੋ, ਅਸਾਂ ਤੁਹਾਨੂੰ ਵੈਲਕਮ ਵੀ ਰੱਖੇ ਸੋ। ਅਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਡੀ ਵੀਡੀਓ ਦੇ ਉੱਤੇ ਕਮੈਂਟ ਕਰੇ ਸੋ। ਜਵਾਨ ਜ਼ਖਮੀ ਚਾਹ ਰਿਹਾ ਵਾ ਤੇ ਮੇਰੇ ਕੈਮਰਾਮੈਨ ਵਾਸਤੇ ਪਿਲਾਵਣ ਵਾਸਤੇ, ਇਹ ਵੀ ਮਕਾਮੀ ਚੋਲਿਸਤਾਨ ਦਾ ਜ਼ਖਮੀ ਵਾਲਾ ਹੈ, ਅਤੇ ਮੇਰੇ ਕੈਮਰਾਮੈਨ ਕੋ ਕਮਜ਼ੋਰ ਬੈਠੇ ਸੀ ਅਤੇ ਉਹਦੇ ਵਾਸਤੇ ਜ਼ਖਮੀ ਬਣਾ ਦੇ ਜਲਦੀ ਜਲਦੀ ਚਾਹੇ, ਕਿਉਂਕਿ ਇੱਥੋਂ ਦੇ ਜਿਹੜੇ ਲੋਕ ਹਨ ਬੜੇ ਮਹਿਮਾਨ ਨਵਾਜ਼ ਹਨ ਅਤੇ ਬੜੇ ਖਿਦਮਤ ਗੁਜ਼ਾਰ ਹਨ, ਅਤੇ ਉਹ ਜਲੇ ਡਿੱਠੇ ਵੀ ਕੈਮਰਾਮੈਨ ਕਮਜ਼ੋਰ ਹੈ ਤਾਂ ਜਲਦੀ ਜਲਦੀ ਜ਼ਖਮੀ ਚਾਹਤੇ ਆਏ ਵੀ ਮੈਂ ਕੈਮਰਾਮੈਨ ਕੋ ਪਿਲਾਵਾਂ ਕੰਮ ਦਾ ਖੜਾ ਸਰਦੀ ਦਾ ਮੌਸਮ ਹੈ। ਤਾਂ ਇਹਦੇ ਨਾਲ ਨਾਲ ਹੀ ਆਪਣੀ ਅਗਲੀ ਮੁਲਾਕਾਤ ਹੇਕ ਚੋਲਿਸਤਾਨ ਦੇ ਨਵੇਂ ਦਰਬਾਰ ਦੇ ਉੱਤੇ, ਨਵੇਂ ਇਲਾਕੇ ਦੇ ਉੱਤੇ ਅਤੇ ਨਵੇਂ ਮਹਿਮਾਨ ਦੇ ਨਾਲ ਥੀ ਸੇ। ਇਨਸ਼ਾਅੱਲਾ ਤੁਸੀਂ ਮੇਰੇ ਨਾਲ ਦੱਸੋ, ਮੇਰੇ ਚੈਨਲ ਕੋ ਸਬਸਕ੍ਰਾਈਬ ਕਰੇ ਸੋ, ਮੇਰੀ ਵੀਡੀਓ ਕੋ ਲਾਈਕ ਕਰੇ ਸੋ। ਇਨਸ਼ਾਅੱਲਾ ਆਪਣੀ ਬਾਰ ਬਾਰ ਮੁਲਾਕਾਤ ਥੀ ਵੀ ਰਹੇ, ਆਪਾਂ ਮਿਲਦੇ ਰਹਾਂ ਸੋ ਅਤੇ ਆਪਣੀ ਮੁਲਾਕਾਤ ਥੀ ਜਾ ਰਹੇ ਸੇ।